पल मानो अखियां सब दियां जो हन चहेतियां सब दियां जिन्ना दी सोनी किरत ते करिए फकर जिन्ना दी सोनी किरत ते करिए फकर शीशा हवा आम खास जलदेव गोरी वर्गियां रचनावां इस गल दी शहादी भरदियां ने कि इस किस्म दियां रचनावां पंजाबी साहित दे विच किसे विरलियां दे हिस्से ही आउंदियां ने। गुरदेव सिंह रुपाणा पंजाबी गल्प दा प्रमुख हस्ताक्षर है। उस दियां कहानियां ते नावल पंजाबी साहित जगत दा हासल हन। रुपाणा दा पंजाबी साहित विच प्रवेश भी बड़ा नाटकी है। वड्डियां घटनावां दा दौर थिएटर मेरा बचपन जदों परिवार नूं कोई हल नहीं आउंदा तो सोचदी आसो भी हुण इहदा हल किवें कीता जावे तां फिर उह गर्भ नूं गराउण दा फैसला लै लैंदी है भी ठीक है घरे लड़ाई ना पवे। गुरदेव सिंह रुपाणा ने किसी किरत नूं शुरू करन समें हमेशा एक पखरा पैंतड़ा अपनाया है। फादर साहब कदे भी एक रचना नूं इक्को वारी या उस तरह नहीं लिखदे, कदे होया होएगा पर ये वार वार फिकरियां ते बड़ा पहरा दिंदे आ, वार वार लिखदे आ, फिर नवें सिरे तो शुरू करदे आ। गुरदेव सिंह रुपाणा दा वधेरे फोकस वस्तू यथार्थ दे उन्हां दृश्यां नूं उलीकण ते हुंदा है जिहड़े पात्रां दे संकट दा समाजिक संदर्भ सिरजदे हन। सो इस दृष्टि तों पंजाब दी निमन किसानी दा प्रमाणिक अनुभव रुपाणा दी सब तों नवेकली समर्था दा सूचक है। ते इह कहानी जिहड़ी है नूं अहीं साध दसन मंटो ते दूसरे होर कहानीकारां दे ਬਰਾਬਰ ਦੀਆਂ ਜਿਹੜੀਆਂ ਕਹਾਣੀਆਂ ਵੱਲ ਬਾਰੇ ਉਹਦੇ ਬਰਾਬਰ ਰੱਖ ਕੇ ਵੇਖ ਸਕਦੇ ਹਾਂ ਕਿ ਰੁਪਾਣੇ ਨੂੰ ਜੇ ਮੈਂ ਨਾ ਛਾਪਦਾ ਤਾਂ ਰੁਪਾਣੇ ਨੂੰ ਕਿਸੇ ਨੇ ਪੁੱਛਣਾ ਨਹੀਂ ਸੀਗਾ, ਉਹਨਾਂ ਦੀਆਂ ਕਿਤਾਬਾਂ ਮੈਂ ਛਾਪੀਆਂ, ਇਹ ਮਸਲਾ ਸੀਗਾ। ਅਤੇ ਮੈਂ ਕਿਹਾ ਚੱਲ ਪੁੱਤ ਇੱਦਾਂ ਨਹੀਂ ਤਾਂ ਫਿਰ ਇੱਦਾਂ ਹੀ ਸਹੀ। ਗੁਰਦੇਵ ਦੀ ਜਿਹੜੀ ਪ੍ਰਾਪਤੀ ਹੈ ਉਹ ਇਹ ਹੈ ਕਿ ਉਹ ਆਪਣੀ ਵੱਲੋਂ ਜਿਹੜੀ ਕਮੈਂਟ ਹੈ ਉਹਨੂੰ ਬਹੁਤ ਸੂਖਮ ਢੰਗ ਨਾਲ ਪਾਠਕ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ। ਇਹੀ ਇਹਦੀ ਪ੍ਰਾਪਤੀ ਹੈ, ਇਹੀ ਉਹਦਾ ਨੁਕਸ ਵੀ ਬਣ ਜਾਂਦਾ ਇੱਕ ਤਰ੍ਹਾਂ ਨਾਲ। ਰਚਨਾ ਵਸਤੂ ਪੱਖੋਂ ਉਸ ਦੀਆਂ ਕਹਾਣੀਆਂ ਦਾ ਬਹੁਤਾ ਸੰਬੰਧ ਪੰਜਾਬ ਦੇ ਮਾਲਵੇ ਖਿੱਤੇ ਨਾਲ ਹੈ, ਪਰੰਤੂ ਸੁਭਾਅ ਪੱਖੋਂ ਉਹ ਇਸ ਖਿੱਤੇ ਦੀ ਕੈਦ ਤੋਂ ਮੁਕਤ ਹੋ ਕੇ ਸਰਵ ਵਿਆਪੀ ਸੁਭਾਅ ਵਾਲੀਆਂ ਜਾਪਦੀਆਂ ਹਨ। ਅਜਿਹਾ ਪੜਾਅ ਹੈ ਜਿੱਥੇ ਅਸੀਂ ਕਹੀਏ ਕਿ ਸਾਡੇ ਨਵੇਂ ਕਹਾਣੀਕਾਰਾਂ ਦੇ ਨਾਲ ਸਾਡੇ ਰੁਪਾਣਾ ਸਾਹਿਬ ਨੇ ਵੀ ਜਾ ਕੇ ਆਪਣਾ ਪੈਰ ਰੱਖਿਆ ਹੈ ਅਤੇ ਇਹਨਾਂ ਨਵੀਆਂ ਸੂਖਮ ਚੀਜ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ। ਰਿਟਾਇਰਮੈਂਟ ਤੋਂ ਬਾਅਦ ਵੀ ਉਹ ਇੱਥੇ ਪਿੰਡ ਆ ਕੇ ਰੁਪਾਣਾ ਵਿਖੇ ਰਹਿਣ ਲੱਗ ਗਏ। ਉਹਨਾਂ ਦੇ ਹਮੇਸ਼ਾ ਉਹਨਾਂ ਦੇ ਮਨ 'ਚ ਜਿਹੜਾ ਪਿੰਡ ਆ ਉਹ ਵਸਿਆ ਹੋਇਆ। ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਵੀ ਜਦੋਂ ਆਪਾਂ ਉਹਨਾਂ ਦੀਆਂ ਕਹਾਣੀਆਂ ਜਾਂ ਨਾਵਲ ਪੜ੍ਹਦੇ ਹਾਂ ਉਹਨਾਂ ਦੇ ਪਾਤਰ ਜ਼ਿਆਦਾਤਰ ਪੇਂਡੂ ਹੁੰਦੇ ਆ। ਗੁਰਦੇਵ ਰੁਪਾਣਾ ਜੀ ਨੂੰ ਜਿਹੜਾ ਆਮ ਖਾਸ ਪੁਸਤਕ ਉੱਪਰ ਅਵਾਰਡ ਮਿਲਿਆ ਬੜੇ ਚਿਰਾਂ ਤੋਂ ਉਡੀਕਿਆ ਜਾ ਰਿਹਾ ਸੀ, ਔਰ ਇਸ ਅਵਾਰਡ ਦੇ ਨਾਲ ਮੈਂ ਸਮਝਦਾ ਹਾਂ ਕਿ ਇਸ ਅਵਾਰਡ ਦਾ ਜੋ ਸਨਮਾਨ ਹੋਰ ਵੱਧ ਗਿਆ ਅਤੇ ਇੱਕ ਜਿਹੜਾ ਉਹਨਾਂ ਦਾ ਲਹਿਜ਼ਾ ਰਿਹਾ ਨਾ, ਇੱਕ ਬੜੇ ਹੀ ਦਬੰਗ ਇਨਸਾਨ, ਬੜੇ ਹੀ ਆਪਣੀ ਕਲਾ 'ਤੇ ਮਾਣ ਰੱਖਣ ਵਾਲੇ ਇਨਸਾਨ। ਉਹਨਾਂ ਨੇ ਕਦੀ ਕਿਸੇ ਦੀ ਝੋਲੀ ਨਹੀਂ ਚੁੱਕੀ, ਕਦੀ ਕਿਸੇ ਕੋਲੋਂ ਕੁਝ ਮੰਗਿਆ ਨਹੀਂ, ਕੀਤਾ ਤਾਂ ਲੜਾਈਆਂ ਹੀ ਕੀਤੀਆਂ ਨੇ ਅਤੇ ਇਸੇ ਕਰਕੇ ਸ਼ਾਇਦ ਰੁਪਾਣਾ ਇੰਨਾ ਚੰਗਾ ਲਿਖ ਸਕੇ ਨੇ। ਰੁਪਾਣਾ ਸਾਹਿਬ ਦੀ ਕਹਾਣੀ ਵਿੱਚ ਅਜਿਹੇ 1947 ਦੀ ਵੰਡ ਨਾਲ ਸੰਬੰਧਿਤ ਜਿਹੜੇ ਅਜਿਹੇ ਵੇਰਵੇ ਨੇ ਉਹ ਵਾਰ ਵਾਰ ਆਉਂਦੇ ਨੇ, ਭਰਪੂਰ ਰੂਪ ਵਿੱਚ ਆਉਂਦੇ ਨੇ ਅਤੇ ਉਹਦੇ ਨਾਲ ਜੁੜੀਆਂ ਹੋਈਆਂ ਜਿਹੜੇ ਮਨੁੱਖੀ ਸੰਵੇਦਨਾਵਾਂ ਨੇ। ਅਤੇ ਮੇਰਾ ਖਿਆਲ ਹੈ ਜੇ ਮੈਂ ਇਹ ਕਹਿ ਦਿਆਂ ਕਿ ਉਸ ਤਰ੍ਹਾਂ ਦੀ ਸੰਵੇਦਨਾ ਦੀ ਕਹਾਣੀ ਵੰਡ ਬਾਰੇ ਜਿਹੜੀ ਰੁਪਾਣਾ ਹੋਰਾਂ ਨੇ ਲਿਖੀ ਹੈ ਉਹ ਸ਼ਾਇਦ ਕਿਸੇ ਹੋਰ ਪੰਜਾਬੀ ਕਹਾਣੀਕਾਰ ਨੇ ਨਹੀਂ ਲਿਖੀ, ਤਾਂ ਸ਼ਾਇਦ ਇਹਦੇ 'ਚ ਮੇਰਾ ਖਿਆਲ ਕੋਈ ਅਤਕਥਨੀ ਨਹੀਂ ਹੋਏਗੀ।
ਗੁਰਦੇਵ ਸਿੰਘ ਰੁਪਾਣਾ ਸਦਾ ਸਿਹਤਯਾਬ ਰਹੇ ਤੇ ਪੰਜਾਬੀ ਸਾਹਿਤ ਨੂੰ ਆਪਣੀਆਂ ਮੁੱਲਵਾਨ ਕਿਰਤਾਂ ਨਾਲ ਨਿਵਾਜਦਾ ਰਹੇ। ਅਸੀਂ ਉਸ ਦੀ ਲੰਬੀ ਉਮਰ ਲਈ ਦੁਆ ਕਰਦੇ ਹਾਂ।